ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਮਾਣੇਵਾਲਾ ਵਿਖੇ ਬੁੱਢੇ ਦਰਿਆ ਦੇ ਓਵਰਫਲੋ ਹੋਣ ਕਾਰਨ ਪਾਣੀ ਨਾਲ ਭਰੀ ਸੜਕ ਨੂੰ ਪਾਰ ਕਰਦੇ ਸਮੇਂ ਤੇਜ਼ ਵਹਾਅ ਦੇ ਵਿੱਚ ਨਾਬਾਲਗ ਲੜਕਾ ਸੁਖਪ੍ਰੀਤ ਸੋਖੀ ਜਿਸ ਦੀ ਉਮਰ 16 ਸਾਲ ਦੀ ਸੀ ਉਹ ਰੁੜ ਗਿਆ ਹੈ ਜਿਸ ਦਾ ਕੋਈ ਵੀ ਅਤਾ ਪਤਾ ਨਹੀਂ ਲੱਗ ਸਕਿਆ। पिंड वासियां ने दस्या कि पिंड माणेवाल दा बुढ़ा दरिया दे पुली पार करन लगे उस नौजवान दे वल्लों पहला सड़क ते जाके पानी दा तेज वहा देखिया गया जिस कारण उसने अपना मोटरसाइकिल साइड ते खड़ा कर दिता। उत्थे खड़े कुछ पिंड वासियां ने दस्या कि इह लड़का पैदल ही पानी दे तेज वहा वाली सड़क तो लंघ के देख रहा सी कि उह इत्थे मोटरसाइकिल ते लंघ जावेगा तां अचानक उसका पैर फिसल गया जो नाल लगदे डूंघे खेतां विच जा डिग गया। देखण वाले अनुसार उह कुछ हिम्मत च पानी दे तेज वहाव विच रुड़ गया जिसका कोई व्यता पता ना लग सकया। ਕੀ ਮਾਮਲਾ ਹੋਇਆ ਸੀਗਾ ਸਾਰਾ ਬੱਚੇ ਮਾਮਲਾ ਇਹ ਪਿੰਡ ਤੋਂ ਮੁੰਡਾ ਕੰਮ ਦੇਖ ਕੇ ਗੁਰੂਗੜ੍ਹ ਵੱਲ ਤੋਂ ਕੋਈ ਆ ਰਿਹਾ ਸੀਗਾ ਮੋਟਰਸਾਈਕਲ ਖੜਾ ਕਰਕੇ ਕਹਿੰਦੇ ਦੇਖਣ ਲੱਗਿਆ ਵੀ ਮੋਟਰਸਾਈਕਲ ਲੰਘ ਜੂਗਾ ਜਾਂ ਨਹੀਂ ਲੰਘੂਗਾ ਦੇਖਣ ਲੱਗੇ ਤਾਂ ਪੈਰ ਸਲਿਪ ਕਰ ਗਿਆ ਗਿਰ ਗਿਆ। ਕਿੰਨੀ ਕੁ ਉਮਰ ਸੀਗੀ ਬੱਚੇ 16 ਸਾਲ ਦੇ ਕਰੀਬ ਹੋਣੀ ਆ ਪੜਦਾ ਸੀ ਜਾਂ ਕੰਮ ਕਰਦਾ ਸੀ ਪੜਦਾ ਵੀ ਸੀ ਕੰਮ ਵੀ ਕਰ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦਾਦਾ ਦਾਦੀ ਆ ਫਾਦਰ ਸਾਹਿਬ ਦੀ ਡੈਥ ਹੋਈ ਅਗਲੇ 4-5 ਮਹੀਨੇ ਹੋਏ ਜੀ ਦਾਦਾ ਦਾਦੀ ਦੇ ਕੋਲ ਹੀ ਰਹਿੰਦਾ ਦਾਦਾ ਦਾਦੀ ਕੋਲ ਹੀ ਰਹਿੰਦਾ ਜੀ ਮੋਕੇ ਤੇ ਪ੍ਰਸ਼ਾਸਨ ਪਹੁੰਚਿਆ ਪ੍ਰਸ਼ਾਸਨ ਸਾਰਾ ਪਹੁੰਚਿਆ ਜੀ ਪੁਲਿਸ ਵੀ ਪਹੁੰਚੀ ਹੈ ਜੀ ਸਾਹਿਬ ਵੀ ਪਹੁੰਚੇ ਨੇ ਜੀਲਾ ਸਾਹਿਬ ਵੀ ਪਹੁੰਚੇ ਨੇ ਗੋਤਾਖੋਰ ਬੁਲਾਏ ਨੇ ਸਾਨੂੰ ਹੁਣ ਦੇਖਦੇ ਹਾਂ ਕੀ ਹੁੰਦਾ ਕੀ ਲੱਗਦਾ ਕਿ ਬੱਚਾ ਜਿੰਦਾ ਹੋਊਗਾ ਜਾਂ ਨਹੀਂ ਸਰ ਜੇ ਸਾਨੂੰ ਟਾਈਮ ਹੋ ਗਿਆ ਤਾਂ 2 ਘੰਟੇ ਹੋ ਗਏ ਪਾਣੀ ਦੇਖਣ ਨੂੰ ਜਿੰਦਾ ਰਹਿਣਾ ਤਾਂ ਮੁਸ਼ਕਲ ਹੋ ਗਿਆ ਪ੍ਰਸ਼ਾਸਨ ਵੱਲੋਂ ਕੋਈ ਇੰਤਜ਼ਾਮ ਨਹੀਂ ਸੀ ਕੀਤਾ ਜਾਂ ਸੜਕ ਤੇ ਉੱਤੇ ਪਾਣੀ ਆਇਆ ਹੋਇਆ ਜਿੱਦਾਂ ਭਾਜੀ ਹੁਣ ਆਪ ਨੂੰ ਸਾਰਿਆਂ ਨੂੰ ਦਿਖਦਾ ਹੀ ਹੈ ਕੱਲ ਦੇ ਪਾਣੀ ਚੱਲ ਰਿਹਾ ਮਾੜੇ ਹਾਲਾਤ ਨੇ ਤਾਂ ਉਹ ਕੁਦਰਤੀ ਭਾਣਾ ਵਰਤਿਆ ਅੱਜ ਤਾਂ ਉਹ ਕਿਸੇ ਦਾ ਕੋਈ ਜ਼ਰੂਰ ਨਹੀਂ ਕੋਈ ਇਦਾਂ ਦਾ ਕੋਈ ਮਾਮਲਾ ਤਾਂ ਨਹੀਂ ਸੀ ਬੱਚਾ ਫੋਟੋ ਖਿੱਚਣ ਤੁਰਿਆ ਹੋਵੇ ਇਦਾਂ ਦਾ ਸਰ ਬੱਚਾ ਉਹ ਹੈ ਹੀ ਨਹੀਂ ਜੀਗਾ 16 17 ਸਾਲ ਦੀ ਉਮਰ ਦੇ ਵਿੱਚ ਉਹ ਘਰ ਦੇ ਆਪਣੇ ਦਾਦਾ ਦਾਦੀ ਨੂੰ ਪਾਲ ਲਿਆ ਨਾਲ ਪੜ੍ਹ ਵੀ ਨਾਲ ਕੰਮ ਵੀ ਕਰ ਰਿਹਾ ਵੀ ਖੁਸ਼ ਸੋਚੋ ਇਦਾਂ ਕਿਵੇਂ ਨਿਕਲ ਜੂਗਾ ਰੋ ਪਰਿਵਾਰ ਦੇ ਵਿੱਚ ਹੋਰ ਵੀ ਸੀ ਉਹਦਾ ਭੈਣ ਭਾਈ ਕੋਈ ਆ ਉਹਦੀ ਛੋਟੀ ਭੈਣ ਆ ਸਾਡੂ ਇੱਕ ਇਨਫੋਰਮੇਸ਼ਨ ਮਿਲੀ ਹੈ ਕਿ ਕੰਚ ਨਾਲ ਘਟਨਾ ਜਿਹੜੀ ਇੱਥੇ ਵੱਟੀ ਜੋ ਹੋਈ ਹੈ ਉਹਦੇ ਰਿਗਾਰਡਿੰਗ ਜਿਹੜੀ ਹੈ ਜਿਵੇਂ ਡੀਐਸਪੀ ਸਾਹਿਬ ਵੀ ਪਹੁੰਚਿਆ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜਿੱਦਾਂ ਹੀ ਸਾਨੂੰ ਕੋਈ ਪੁਖਤਾ ਚੀਜ਼ ਲੱਭਦੀ ਹੈ ਤਾਂ ਉਹਦੇ ਬਾਰੇ ਅਸੀਂ ਵੀਡੀਓ ਜਾਣਕਾਰੀ ਇਹ ਕਿਹੜੇ ਪਿੰਡ ਦਾ ਬੱਚਾ ਕਿਹੜੇ ਪਿੰਡ ਦਾ ਸੀਗਾ ਜੀ ਇਹਦਾ ਨਾਂ ਕੀ ਸੀ ਹਾਂ ਜੀ ਸੁਣੀ ਸੁਣਾਈ ਗੱਲ ਹੈ ਵੀ ਚੱਕੀ ਪਿੰਡ ਦਾ ਅੱਛਾ ਜੀ ਪ੍ਰਸ਼ਾਸਨ ਵੱਲੋਂ ਉਹਦੀ ਤਲਾਸ਼ ਦੀ ਕੀ ਪ੍ਰਬੰਧ ਕਿੱਥੇ ਜਾ ਰਹੇ ਨੇ ਜੀ ਗੋਤਾਖੋਰ ਜਿਹੜੇ ਆ ਮੰਗਾਏ ਜਾ ਰਹੇ ਆ ਪੁਲਿਸ ਵੱਲੋਂ ਮੋਟਰਸਾਈਕਲ ਇੱਕ ਰਿਕਵਰ ਕੀਤੀ ਗਈ ਹੈ ਬਾਕੀ ਅੰਡਰ ਇਨਵੈਸਟੀਗੇਸ਼ਨ ਜਦੋਂ ਹੀ ਕਲੀਅਰ ਹੋਏਗਾ ਉਹਦੇ ਨਾਲ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਛੋਟੂ ਰਾਮ ਜੀ ਗੋਤਾਖੋਰ ਘੋਗੇ ਦੀ ਟੀਮ ਆਈ ਘੋਗੇ ਦੀ ਤੇ ਕਿੰਨੇ ਬੰਦੇ ਲੱਗੇ ਨੇ ਗੋਤਾਖੋਰ ਗੋਤਾਖੋਰ ਜੀ ਆਪਣੇ ਫਿਲਹਾਲ 4 ਬੰਦੇ ਲੱਗੇ ਨੇ ਜੀ 4 ਕੀ ਲੱਗਦਾ ਕਿ ਬੱਚਾ ਜਿੰਦਾ ਹੋਊਗਾ ਇਸ ਟਾਈਮ ਜਿਹੜਾ ਜੀ ਨਹੀਂ ਬੱਚਾ ਤਾਂ ਨਹੀਂ ਜਿੰਦਾ ਹੋਣਾ ਜੀ ਹਾਂ ਜੀ ਟਾਈਮ ਬਹੁਤ ਕਾਫੀ ਹੋ ਗਿਆ ਜੀ ਟਾਈਮ ਬਹੁਤ ਹੋ ਗਿਆ ਤਾਂ ਪਾਣੀ ਦੇ ਵਹਾਅ ਦੇ ਨਾਲ ਕੀ ਲੱਗਦਾ ਕਿੰਨੇ ਕੁ ਦੂਰ ਤੱਕ ਜਾ ਪਾਣੀ ਦੇ ਵਹਾਅ ਦੇ ਨਾਲ ਇੱਕ ਨਾ ਜੀ ਵਿਚਾਰਾ ਵੀ ਹੁਣ ਵਿੱਚ ਜਿਹੜੀ ਨਹਿਰ ਜਾਰੀ ਹੈ ਇਹਦਾ ਅਲੱਗ ਸਾਫ ਹੋ ਗਿਆ ਉੱਪਰ ਪਾਣੀ ਤੇਰਦਾ ਖੇਤਾਂ ਦੇ ਵਿੱਚ ਹਾਂ ਮਾਛੀਵਾੜਾ ਤੋਂ ਵਰੁਣ ਦੀ ਰਿਪੋਰਟ।